ਉਹ ਟੁਰ ਤੇ ਸਹੀ ਤਰ੍ਹਾਂ ਕਿਵੇਂ ਟੁਰਾ ਕਿਸੇ ਦੀ ਕੋਈ ਚੀਜ਼ ਮੈਂ ਅੱਛੀ ਰਹਿ ਗਈ ਬਸ ਪਠਾਣਾ ਨੇ ਆਪਣਾ ਮਾਲ ਸਟਾਕ ਕਰ ਦਿੱਤਾ ਇਹ ਪ੍ਰੈਸ਼ਰ ਜ਼ਿਆਦਾ ਹੋਣਾ ਨਾ ਏ ਮੌਤ ਦੇ ਖੂਹ ਤੇ ਗਏ ਆ ਅੱਛਾ ਫੱਟੇ ਤੇ ਚੜੇ ਆ ਪਠਾਨ ਸਾਨੂੰ ਇੰਜ ਪਏ ਨੇ ਜਿਵੇਂ ਏਸੀ ਵਾਲੀ ਕੋਚ ਨੂੰ ਕੁੱਤੇ ਨਹੀਂ ਪੈਂਦੇ ਉਹ ਨਿੱਕੀ ਕਿੱਥੇ ਜੇ ਉਹ ਟੰਗੀ ਕੰਜਰਾਂ ਨੇ ਮੇਰੀ ਧੌਣੀ ਫੇਰ ਦਿੱਤੀ ਆ ਬੜੇ ਚੰਗੇ ਲੋਕ ਸਨ ਉਤਰਿਆ ਪਠਾਨੋ ਇਹ ਤਬਦੀਲੀ ਹੈ ਉਹ ਪਠਾਨੋ ਕੀ ਬਣਿਆ ਉਹ ਤੁਹਾਨੂੰ ਹਮੇਸ਼ਾ ਕੁੱਤੇ ਪੈਣ ਉਹ ਸਾਨੂੰ ਕਿਵੇਂ ਚੁੱਪ ਕਰਜਾ ਜਿਹੜਾ ਬੋਲਿਆ ਸੀ ਉਹਨੂੰ ਵੀ ਫੜ ਲੈਂਦੇ ਸੀ ਉਹ ਕੁਝ ਖਾਣਾ ਹੀ ਹੁਣ ਨਹੀਂ ਕੁਛ ਖਾ ਹੁੰਦਾ ਕਿਉਂ ਹੁਣ ਤਾਂ ਬੁਰਕੀ ਮੂੰਹ ਚ ਰੱਖਣਾ ਆਪੇ ਥੱਲੇ ਡਿੱਗ ਜਾਂਦੀ ਹੈ ਉਹਨਾਂ ਨੇ ਪਤਾ ਨਹੀਂ ਨਵਾਂ ਮੇਰਾ ਖੈਬਰ ਪਖਤੂਨਖਾ ਬਣਾਤਾ ਨਹੀਂ ਆਪਣਾ ਬਾਜੀ ਐ ਵੇਖੀ ਕਿਧਰੇ ਪਿਤਾ ਤਾਂ ਨਹੀਂ ਬਾਹਰ ਆ ਗਿਆ ਇਹ ਪਿਤਾ ਨਹੀਂ ਆਇਆ ਪੂਰਾ ਖਿੱਤਾ ਹੀ ਆ ਗਿਆ ਨਹੀਂ ਆਇਆ ਤੇ ਕਲੇਜੀ ਫਿਫਰੇ ਦਾ ਮੈਂ ਕੁਛ ਕਹਿ ਨਹੀਂ ਸਕਦੀ ਮੈਂ ਮਰ ਗਈ ਚਾਚੂ ਆਏ ਉਤਰੇ ਪਠਾਣਾ ਨੇ ਮੇਰੀ ਦੀ ਭੈਣ ਦੀ ਗੁੱਤ ਕਿਹੜੇ ਪਾਸੇ ਕਰ ਦਿੱਤੀ ਹੈ ਅਸੀਂ ਉਹਨਾਂ ਨੂੰ ਪਰਚਾ ਕਰਾ ਦਿਆਂਗੇ ਕਿਹਦੇ ਤੇ ਕਰਾਉਣਾ ਹੀ ਅਸੀਂ ਤੇ ਪਛਾਣ ਹੀ ਨਹੀਂ ਸਕਦੇ ਸਾਡਾ ਧਿਆਨ ਹੀ ਥੱਲੇ ਸੀ ਮੈਂ ਪਛਾਣ ਲਾਂਗੀ ਉਹਨਾਂ ਨੂੰ ਕਿਵੇਂ ਮੈਂ ਉਹਨਾਂ ਦਰਦਾਂ ਤੋਂ ਵਾਕਫ ਜੇ ਉਹਨੇ ਦਰਦਾਂ ਲਈ ਫੇਰ ਸਫ਼ਰ ਕਰਾਉਣਾ ਪੈਣਾ ਚੰਗਾ ਭਲਾ ਇਮਰਾਨ ਸ਼ਾਹ ਵੀ ਸੀ ਉਹਨੂੰ ਮੈਂ ਕਿਹਾ ਬੜਾ ਬੜਾ ਤਕਲੀਫ ਹੋ ਤਾਂ ਕਹਿੰਦਾ ਚੁੱਪ ਕਰ ਤੂੰ ਨਹੀਂ ਤੱਕ ਲਾ ਯਾਕ ਪਾਕ ਯਾਕ ਪਾਕ ਯਾਕ ਪਾਕ ਮੈਨੂੰ ਨਹੀਂ ਸੀ ਪਤਾ ਕਿ ਇਹ ਕੀ ਪੋਜੀਸ਼ਨ ਬਣਾਉਣ ਲਈ ਕਿੱਥੋਂ ਆਏ ਹੋ ਤੁਸੀਂ ਨਹੀਂ ਪਹਿਚਾਨਿਆ ਨਹੀਂ ਪਹਿਚਾਨ ਸ਼ੀਜ਼ਾ ਬੱਟ ਆਹੋ ਮਾਸ਼ਾਅੱਲਾ ਚੀਜ਼ਾਂ ਤੇ ਖੁੱਲ ਕੇ ਕਲੈਪ ਕਰੀ ਜੀ ਕੀ ਬਾਤ ਹੈ ਤੁਸੀਂ ਇੱਥੇ ਆਏ ਤੁਹਾਡੀ ਬੜੀ ਮਿਹਰਬਾਨੀ ਆਏ ਕਿੱਧਰ ਹੋ ਆਏ ਕਿੱਧਰ ਆ ਮੈਂ ਸੁਣਿਆ ਤੇ ਜ਼ਿਆਦਤੀ ਹੋਈ ਏ ਹਾਂਜੀ ਇਹਨਾਂ ਨਾਲ ਹੀ ਹੋਈ ਜੇ ਮੈਂ ਬਚ ਗਿਆ ਜੇ ਬੜੀ ਜ਼ਿਆਦਤੀ ਹੋਈ ਏ ਚੰਗੇ ਭਲੇ ਬੰਦੇ ਕੇ ਸੀ ਸਾਨੂੰ ਏਟੀਐਮ ਮਸ਼ੀਨਾਂ ਬਣਾਤਾ ਹਰ ਬੰਦੇ ਦਾ ਕਾਰਡ ਸਕ੍ਰੈਚ ਹੋਇਆ ਸਾਡੇ ਇੱਥੇ ਅੱਛਾ ਇਧਰੋਂ ਕੈਸ਼ ਆਉਂਦਾ ਸੀ ਇਧਰੋਂ ਪਤਾ ਨਹੀਂ ਗਿਣਤੀ ਆਉਂਦੀ ਸੀ ਬਾਜੀ ਤੇ ਪਾਗਲ ਹੋ ਨਹੀਂ ਆਪਣਾ ਬਾਜੀ ਹਾਂ ਦੇਖੀ ਜੇ ਦਿਲਬਾਰ ਇਤ ਵੇਖੀ ਉਹਦੇ ਤੇ ਕਿਹਦਾ ਨਾਮ ਲਿਖਿਆ ਹੈ ਅੱਛਾ ਜੀ ਤੁਹਾਨੂੰ ਦਰਦ ਹੁੰਦੀ ਹੈ ਹਾਏ ਕੀ ਦਸੀਏ ਸੇਲੀ ਤੂੰ ਤੇ ਇਹਨਾਂ ਦਰਦਾਂ ਤੋਂ ਵਾਕਫ ਹੈ ਪੂਰੇ ਲੱਗੇ ਰਹੋ ਕੀ ਹੋਇਆ ਕੀ ਹੋਇਆ ਇੱਕ ਲੱਖ ਭਾਈ ਤੁਸੀਂ ਬੜਾ ਬੋਲਦੇ ਹੋ ਸਾਡੇ ਨਾਲ ਜਾਂਦੇ ਤੁਸੀਂ ਹਰ ਸਾਲ ਚੁੱਪ ਰਹਿਣਾ ਸੀ ਚੰਗੇ ਭਲੇ ਬੰਦਿਆਂ ਨੂੰ ਉਹਨਾਂ ਨੇ ਪ੍ਰੈਸ਼ਰ ਕੁੱਕਰ ਬਣਾਤਾ ਖਬਰਦਾਰ ਉਹਨੂੰ ਕੁਝ ਨਾ ਕਹਿ ਕਿਉਂ ਵੱਡਾ ਪੁੱਤਰ ਹੈ ਮੇਰਾ ਮੁਬਾਰਕ ਹੋਵੇ ਜੀ ਮੁਬਾਰਕ ਹੋਵੇ ਅੰਮੀ ਲੱਭ ਗਈ ਜੇ ਅੱਬਾ ਲੱਭ ਜਾਏ ਤਾਂ ਮੈਨੂੰ ਫੱਦ ਨਹੀਂ ਇੱਧਰ ਵੀ ਸਾਡੇ ਵਾਲਾ ਸਾਹਿਬ ਹੈ ਪਤਾ ਨਹੀਂ ਕਿਉਂ ਅੱਛਾ ਜੀ ਕੀ ਹੋਇਆ ਇਹ ਤੇ ਕੰਜਰੀਆਂ ਲੱਤਾਂ ਲੱਤਾਂ ਮਾਰ ਕੇ ਵੱਜਦੀਆਂ ਰਹੀਆਂ ਨਹੀਂ ਤਾਂ ਮੇਰੇ ਤੇ ਉਹਨਾਂ ਦੇ ਪੈਰ ਹੀ ਨਹੀਂ ਜ਼ਮੀਨ ਤੇ ਲੱਗਣ ਦਿੱਤੇ ਅੱਛਾ ਜੀ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ ਸਹੇਲੀ ਇਹਨੂੰ ਪਤਾ ਕਰ ਲੈ ਕਿਉਂ ਇਹਨੂੰ ਵੇਖ ਕੇ ਸਾਡੇ ਜ਼ਿਹਨ 'ਚ ਕੋਈ ਚੀਜ਼ ਘੁੰਮਦੀ ਹੈ ਭਾਈ ਉਹ ਜਿਹੜਾ ਕੰਜਰ ਮੈਨੂੰ ਚੰਬੜਿਆ ਸੀ ਉਹਨੇ ਪਾਣੀ ਦੋ ਜੋੜੇ ਸਨ ਛੁੱਟਗੇ ਦੋ ਨਹੀਂ ਸਨ ਜੋੜੇ ਤੇਰੇ ਸਪੇਅਰ ਪਾਰਟ ਨੇੜੇ ਨੇੜੇ ਸਨ ਬਾਜੀ ਸਾਡੇ ਨਾਲ ਬੜਾ ਬੁਰਾ ਹੋਇਆ ਕਿਵੇਂ ਹੋਇਆ ਸਾਡੇ ਨਾਲ ਹੋਇਆ ਕੋਈ ਗੱਲ ਨਹੀਂ ਅੱਛਾ ਬਾਜੀ ਵੀ ਬਰਦਾਸ਼ਤ ਕਰ ਸਕਦੀ ਮੈਂ ਵੀ ਬਰਦਾਸ਼ਤ ਕਰ ਸਕਦੀ ਅੱਛਾ ਇਹ ਜੋ ਇਸ ਕੋਡੀ ਨਾਲ ਹੋਇਆ ਹਾਂ ਬੜਾ ਬੁਰਾ ਹੋਇਆ ਸਾਡੀ ਨਿੱਕੀ ਭੈਣ ਨਾਲ ਕਿਵੇਂ ਇਹਨੂੰ ਵਿਚਾਰੀ ਨੂੰ ਮਾਰਿਆ ਕੁੱਟਿਆ ਤੇ ਨਹੀਂ ਨਹੀਂ ਇੱਕ ਮੀਆਂ ਵਾਲੀ ਦਾ ਸੀ ਅੱਛਾ ਐਡੇ ਐਡੇ ਹੱਥ ਪੱਕੀ ਐਡੇ ਐਡੇ ਪੈਰ ਅੱਛਾ ਇਹਨੂੰ ਮਾਰਦਾ ਤੇ ਨਹੀਂ ਸੀ ਫੇਰ ਕੀ ਕਰਦਾ ਸੀ ਫੁੱਲ ਤਿਆਰੀ ਕਰਕੇ ਆਪ ਸਿੱਧਾ ਲੰਮਾ ਪੈ ਗਿਆ ਇਹਨੂੰ ਫੜ ਕੇ ਉੱਤੇ ਸੁੱਤੇ ਤੇ ਥੱਲੇ ਆਵੇ ਸੁੱਤੇ ਮੇਰੇ ਹਾਲ ਤੇ ਉੱਤੇ ਥੱਲੇ ਹੋਣ ਡਿਆ ਸੀ ਨਾ ਹਾਂਜੀ ਹਾਂਜੀ ਇਸ
ਬਾਜੀ ਨੂੰ ਪਤਾ ਨਹੀਂ ਉੱਥੇ ਗੋਤੇ ਆਉਣ ਦੇ ਅਸਰ ਕਰਦੀ ਸੀ। ਬੜਾ ਜ਼ੁਲਮ ਹੋਇਆ ਸਾਡੇ ਨਾਲ। ਉੱਤੋਂ ਘੁੰਮ ਕੇ ਆਉਂਦੀ ਸੀ ਬੜਾ ਉਤਰੀ ਪਹਿਲੀ ਵਾਰੀ ਰੋਈ ਚਿਲਾਈ ਹੈ, ਦੂਜੇ ਫੇਰੇ ਨੂੰ ਆਪ ਝੱਸ ਪੈ ਗਿਆ। ਉਤਰੀ ਚਬਾਰੇ ਤੇ ਚੜੇ ਉੱਤੋਂ ਭੰਬੀਰੀ ਬਣ ਕੇ ਥੱਲੇ ਆਵੇ, ਚੌਥੇ ਕੋ ਫੇਰੇ ਦਾ ਬੈਲੈਂਸ ਖਰਾਬ ਹੋ ਗਿਆ। ਇਹ ਆਈ ਹੈ ਸਿੱਧੀ ਮੂੰਹ ਭਰਨੇ, ਫਿਰ ਇਹ ਵੀ ਫਿਰ ਉੱਥੇ ਬਸ ਫੱਟੇ ਤੋਂ ਚੁੱਕ ਕੇ ਲੈ ਗਏ ਨੇ ਸਾਨੂੰ। ਮੇਰਾ ਤੇ ਮੇਰੀ ਛੋਟੀ ਭੈਣ ਦਾ ਖੈਮਾ ਇੱਕੋ ਹੀ ਸੀ। ਆਏ ਇੱਕ ਪਾਸੇ ਮੇਰੀ ਮਸਹਿਰੀ ਲੱਗੀ ਸੀ, ਦੂਜੇ ਪਾਸੇ ਇਹਦੀ ਪੀੜੀ ਨੂੰ ਫੁੱਲ ਲੱਗੇ ਸਨ। ਬਸ ਲੈਟ ਗਈ ਹੈ, ਥੋੜਾ ਜਿਹਾ ਖੈਮਾ ਪਟ ਹੈ, ਚੰਨ ਦੀ ਚਾਨਣੀ ਆਈ ਹੈ। ਮੈਂ ਕਿਹਾ ਮੈਂ ਆਪਣੀ ਭੈਣ ਦਾ ਹਾਲ ਵੇਖ ਲਵਾਂ। ਮੈਨੂੰ ਇੰਜ ਹੀ ਲੱਗਾ ਉਤਰੀ ਨੇ ਨਲਕੇ ਦੀ ਟੂਟੀ ਨੂੰ ਮੂੰਹ ਲਾਇਆ। ਆਪਣਾ ਬਾਜੀ ਜੀ ਜੀ ਤੂੰ ਮੇਰੇ ਨਾਲ ਸੀਨੀਅਰ ਆ, ਅੱਛਾ ਇਹਨਾਂ ਕੰਮਾਂ ਚ ਇਹ ਟਰਾਟਾ ਕਿਉਂ ਪੈਂਦੀਆਂ ਨੇ? ਦੱਸਾਂਗੀ ਤੈਨੂੰ ਵਿਹਲੇ ਟਾਈਮ। ਅੱਛਾ ਜੀ, ਜਿਹਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਜੀ, ਉਹਦੇ ਕੋਈ ਨਵਾਂ ਨਕਸ਼ ਕੋਈ ਸ਼ਕਲ ਯਾਦ ਹੈ? ਨਹੀਂ, ਪਰਛਾਵੇਂ ਦਾ ਪਤਾ ਹੈ। ਪਰਛਾਵਾਂ ਬੜਾ ਲੰਮਾ ਸੀ ਸਹੇਲੀ, ਬੜਾ ਜ਼ਾਲਮ ਸੀ। ਕਿਉਂ? ਇਹ ਵੇਖ ਕੀ ਅਸ਼ਰ ਕਰਤਾ। ਓਏ ਇਹ ਕਿੱਥੇ ਗਿਆ ਇੱਕ? ਬਸ ਮੂੰਹ ਦਾ ਬੋਲ ਲੱਗੇ ਆ ਗਿਆ। ਕਿਵੇਂ? ਮੈਂ ਇੱਕ ਬੰਦੇ ਕੇ ਨਾ ਚੰਡੀ ਸੀ, ਕਹਿੰਦਾ ਮੇਰੀ ਝੋਲੀ ਚ ਬਹਿ। ਮੈਂ ਕਿਹਾ ਅਸੀਂ ਕਿੰਦੇ ਕਮਾ ਲੈ ਨਹੀਂ ਹੈਗੇ, ਅਸੀਂ ਦੁਆਵਾਂ ਲੈ ਆ। ਅੱਛਾ, ਕਹਿੰਦਾ ਬਹਿ ਝੋਲੀ ਚ। ਮੇਰੇ ਉੱਠ ਕੇ ਗੈਰਤ ਆ ਗਈ। ਅੱਛਾ, ਮੈਂ ਕਿਹਾ ਮੈਂ ਨਹੀਂ ਬਹਿਣਾ, ਜੋ ਪੁੱਟ ਰਹੀ ਪੁੱਟ ਲੈ। ਫੇਰ ਉਹਨੇ ਪੁੱਟ ਲਿਆ। ਐ ਉਤਰੀ ਯਾਰ, ਮੈਂ ਜਦੋਂ ਵੀ ਵੇਖਿਆ ਮੈਨੂੰ ਇੰਜ ਹੀ ਲੱਗਾ ਜਿਵੇਂ ਕੋਈ ਸੀਖ ਤੇ ਤਿੱਕਾ ਚਲਾਣ ਦੇ ਆ। ਸੀਖ ਤੇ ਤਿੱਕਾ ਇੰਜ ਲੱਗਦਾ ਤੁਸੀਂ ਵੇਖਿਆ ਨਾ? ਨਹੀਂ, ਇੰਜ ਨਹੀਂ ਸੀ ਲੱਗਦਾ। ਫੇਰ ਸੀਖ ਥੱਲੇ ਰੱਖਦਾ ਸੀ। ਅੱਛਾ, ਇਹ ਉੱਤੇ ਜਾਂਦਾ ਸੀ। ਹਾਂ, ਖੁਸ਼ਬਾਸ਼ ਜਦੋਂ ਥੱਲੇ ਆਉਂਦਾ ਸੀ ਤੇ ਕਹਿੰਦਾ ਸੀ ਅੰਮੀ ਜੀ, ਅੰਮੀ ਜੀ, ਅੰਮੀ ਜੀ। ਇਹ ਦੱਸੋ ਜਿੰਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਉਹਦੇ ਨਵੇਂ ਨਕਸ਼ ਕਿਵੇਂ ਦੇ ਸੀ? ਬਸ ਉਹ ਸਾਦਾ ਜਿਹਾ ਸੀ। ਪਰਚਾ ਵੀ ਤੇ ਕਰਾਣਾ ਨਾ। ਬਸ ਪਰਚਾ ਉਹਨਾਂ ਡਾਕੂਆਂ ਦੇ ਵਿੱਚੋਂ ਕੁਝ ਡਾਕੂ ਤੁਹਾਡੇ ਕੋਲ ਆਉਂਦੇ ਜਾਂਦੇ ਸੀ ਵੇਖੇ ਨੇ। ਸੇਲੀ, ਨਾਨਕ ਸਿੱਕੋ ਜੀ ਸੀ, ਉਹਨੇ ਕਿਹੜਾ ਤਿੰਨ ਕੰਨ ਸੀ? ਅੱਛਾ, ਕਿਵੇਂ ਦੇ ਸੀ ਉਹ? ਬਿਲਕੁਲ ਜਿਹਾ ਸਿੰਪਲ ਜਿਹਾ ਸੀ। ਕਿਵੇਂ ਦਾ ਸੀ ਇਹ? ਅੱਛਾ, ਮੈਂ ਮੇਰੇ ਨਾਲ ਜ਼ਿਆਦਤੀ ਨਹੀਂ ਸੀ ਹੋਈ। ਅੱਛਾ ਅੱਛਾ, ਉਹਨਾਂ ਨੇ ਗਾਣਾ ਲਾਇਆ ਤੇ ਮੈਂ ਤੜਫ ਤੜਫ ਕੇ ਡਾਂਸ ਕਰਿਆ, ਉਹਨਾਂ ਨੇ ਚੌਂਕ ਮੰਜਾ ਨੇ ਫੜ ਲਿਆ, ਕਹਿੰਦੇ ਨੇ ਇਹਨੂੰ ਫੜਨਾ ਬੜੀ ਔਖੀ ਜੇ, ਇਹਨੂੰ ਫੜਨਾ, ਇਹਨੂੰ ਫੜਨਾ। ਅੱਛਾ, ਮੇਰੀ ਗੱਲ ਸੁਣੋ। ਹਾਂਜੀ, ਤੁਹਾਨੂੰ ਮਜ਼ਾ ਕਿੱਥੋਂ ਆਉਂਦਾ ਹੈ? ਹੈ ਮਜ਼ਾ, ਇਹ ਮਜ਼ੇ ਵਾਲਾ ਇਲਾਕਾ ਹੈ ਸਹੀ ਆ। ਛੇਤੀ ਛੇਤੀ ਨਾਲ ਇੱਥੋਂ ਨਿਕਲ ਚੱਲੀਏ, ਬਾਹਰ ਦੇ ਕੋਲ ਫੜੇ ਜਾਵਾਂਗੇ। ਯੂਰਪ ਨਹੀਂ ਜਾਣਾ।